ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਦੇ ਵੱਲੋਂ ਵੀ ਧੂਮਧਾਮ ਦੇ ਨਾਲ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸੇ ਕੜੀ ਦੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ। ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿੱਥੇ ਕਿ ਸ਼ਰਧਾ ਦਾ ਪ੍ਰਗਟਾਵਾ ਕਰਨ ਦੇ ਲਈ ਪਹੁੰਚੇ ਨੇ, ਉੱਥੇ ਹੀ ਨਤਮਸਤਕ ਹੋਣ ਦੇ ਲਈ ਬਾਦਲ ਪਰਿਵਾਰ ਵੀ ਪਹੁੰਚਿਆ। ਇਸ ਦੌਰਾਨ ਉਹਨਾਂ ਨੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਇਸ ਤਰ੍ਹਾਂ ਕੀਤਾ। ਸਮੁੱਚੀ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਹੈ। ਪੂਰਾ ਪੂਰਾ ਭਾਈਚਾਰਾ ਤੋਂ ਬਾਹਰ ਕਬੇ ਮੈਂ ਜਿਵੇਂ ਸਿੰਘ ਸਾਹਿਬ ਜੀ ਨੇ ਆਦੇਸ਼ ਦਿੱਤੇ ਹੈ ਕਿ ਜਿੱਥੇ ਵੀ ਆਪਣਾ ਖਾਲਸਾ ਰਹਿ ਰਿਹਾ ਦੁਨੀਆਂ ਚ ਕਿਤੇ ਵੀ ਆਪਣੇ ਪੂਰੇ ਸਾਲ ਵਾਸਤੇ, ਕਿਉਂਕਿ 325 ਵਰਕਰ ਹੈ, ਪੂਰੇ ਸਾਲ ਕੇਸਰੀ ਝੰਡਾ ਆਪਣੇ ਘਰ ਚ ਜ਼ਰੂਰ ਝੁਲਿਓ, ਕਿਉਂਕਿ ਬਹੁਤ ਇਤਿਹਾਸਿਕ ਸਾਲ ਆਪਣੇ ਵਾਸਤੇ। ਗੁਰੂ ਸਾਹਿਬ ਨੇ ਬਹੁਤ ਹੀ ਬਖਸ਼ਿਸ਼ ਦੇ ਨਾਲ ਇਸ ਕੌਮ ਨੂੰ ਨਿਵਾਜਿਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹਾਂ ਕਰੂ ਨਿਵਾਸ। ਅੱਗੇ ਜਾ ਕੇ ਗੁਰੂ ਸਾਹਿਬ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ। ਜਦ ਇੰਨਾ ਵੱਡਾ ਮਾਨ ਸਾਡੇ ਪਿਤਾ ਨੇ ਸਾਨੂੰ ਬਖਸ਼ਿਆ ਹੈ, ਤੇ ਕਿਉਂ ਨਾ ਅਸੀਂ ਵੀ ਉਸ ਪਿਤਾ ਦੇ ਦਿਖਾਏ ਹੋਏ ਰਾਸਤੇ ਤੇ ਚੱਲਣ ਵਾਸਤੇ ਉਹਨਾਂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰੀਏ ਕਿ ਇਹੋ ਜਿਹੇ ਖਾਲਸਾ ਬਣ ਸਕੇ ਜਿਸ ਤਰ੍ਹਾਂ ਗੁਰੂ ਸਾਹਿਬ ਸਾਡੇ ਤੋਂ ਉਮੀਦ ਰੱਖਦੇ ਹਨ। ਅੱਜ ਤਕੜੇ ਹੋ ਕੇ ਇਸ ਖਾਲਸਾ ਦੀ ਸਿਰਜਣਾ ਦਿਵਸ 'ਚ ਗੁਰੂ ਦੇ ਦਿਖਾਏ ਹੋਏ ਰਾਸਤੇ ਵਿੱਚ ਚੱਲਣ ਵਾਸਤੇ ਆਪਣਾ ਉਪਰਾਲਾ ਕਰੀਏ ਤੇ ਪ੍ਰਣ ਕਰੀਏ। ਬਹੁਤ ਸਾਲਾ ਖਾਲਸਾ ਸਾਜਨਾ ਦਿਵਸ ਨੂੰ ਆਪਣੇ ਘਰਾਂ ਦੇ ਉੱਤੇ, ਆਪਣੇ ਦਫ਼ਤਰਾਂ ਦੇ ਉੱਤੇ, ਆਪਣੇ ਕਾਰੋਬਾਰਾਂ ਦੇ ਉੱਤੇ ਤੇ ਭਾਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਪਹਿਲਾਂ ਵੀ ਖੰਡੇ ਤੇ ਨਿਸ਼ਾਨ ਸਾਹਿਬ ਸੁਸ਼ੋਭਿਤ ਆ, ਇਹ ਖਾਲਸਾ ਹੀ ਦਿੱਖ ਵਾਲੇ ਉਹ ਨਿਸ਼ਾਨ ਸਾਹਿਬ ਸੁਸ਼ੋਭਿਤ ਕੀਤੇ ਜਾਣ। ਉਹ 13 ਵਿਸਾਖੀ ਤੱਕ ਨਹੀਂ ਗਾ, ਉਹ ਸਾਰੇ ਖਾਲਸਾ ਪੰਥ ਨੂੰ ਉਦੇਸ਼ ਆ ਤੇ ਉਹ ਨਿਰੰਤਰ, ਕਿਉਂਕਿ ਹਰ ਇੱਕ ਦਾ ਇੱਕ ਅਸੂਲ ਹੁੰਦਾ ਤੇ ਸਿੱਖ ਪੰਥ ਦਾ ਇਹ ਅਸੂਲ ਆ, ਜਿੱਥੇ ਨਿਸ਼ਾਨ ਸਾਹਿਬ ਚੋਂਦਾ ਉਹਦਾ ਮਤਲਬ ਕਿ ਇਹ ਸਾਰਿਆਂ ਲਈ ਸਾਂਝਾ, ਜਿੱਥੇ ਕੋਈ ਵੀ ਆ ਸਕਦਾ, ਕਿਸੇ ਲਈ ਕੋਈ ਰੁਕਾਵਟ ਨਹੀਂ। ਸੋ ਮੈਂ ਸਾਰੀ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ, ਸਿੱਖ ਭਾਈਚਾਰੇ ਨੂੰ, ਕਿ ਇਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਉੱਤੇ ਵਿਸਾਖੀ ਤੱਕ ਨਹੀਂ, ਇਹ ਜੇ ਸਦਾ ਵਾਸਤੇ ਚਲਾਉਣ ਤਾਂ ਵਧੀਆ ਉਹ ਵੀ, ਪਰ ਘੱਟੋ ਘੱਟ ਇੱਕ ਸਾਲ ਆਪਣੇ ਇਹ ਮਾਰਕ ਆਫ ਰਿਸਪੈਕਟ ਗੁਰੂ ਦਸਮ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕੇ ਜਿਹੜੇ ਉਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਚਲਾਏ ਜਾਣ। ਦੂਸਰੀ ਬੇਨਤੀ ਆ ਕਿ ਲੰਬੇ ਅਰਸੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਲੜਦੀ ਆ ਰਹੀ ਹੈ, ਔਰ ਇਹ ਅਸੀਂ ਕੋਈ ਇਨਸਾਫ਼ ਨਹੀਂ ਮੰਗਦੇ, ਕੇਵਲ ਦਾ ਕੇਵਲ ਜਿਹੜੀ 2019 ਦੇ ਵਿੱਚ ਸਾਹਿਬਾਂ ਦੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜੀ ਸੈਂਟਰ ਗੌਰਮੈਂਟ ਵੱਲੋਂ ਨੋਟੀਫਿਕੇਸ਼ਨ ਕੀਤੀ ਗਈ ਸੀ ਭਾਈ ਰਾਜੋਵਾਣੇ ਦੀ ਸਜ਼ਾ ਮਾਫ਼, ਸਜ਼ਾ ਮਾਫ਼ ਕਿੰਦਾ ਸਾਇੰਸ ਪੇਵਾਂ ਦੀ ਡੈਥ ਸੈਂਟੈਂਸ ਜਿਹੜੀ ਉਹ ਮਾਫ਼ ਕਰਕੇ ਲਾਈਫ 'ਚ, ਅਤੇ ਗੁਰਦੀਪ ਸਿੰਘ, ਭਾਈ ਗੁਰਦੀਪ ਸਿੰਘ ਖੈੜਾ ਅਤੇ ਭਾਈ ਦਵਿੰਦਰਪਾਲ ਸਿੰਘ ਢੁੱਲ, ਉਹਨਾਂ ਦੀ ਜਿਹੜੀ ਆ ਉਹ ਮਾਫ਼ੀ ਦਿੱਤੀ ਜਾਊਗੀ। ਪਰ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਭਾਈ ਗੁਰਦੀਪ ਸਿੰਘ ਪਟਿਆਲੇ ਵਾਲਾ ਜਿਹੜੇ ਵਿਚਾਰੇ ਦੇ ਘਰ ਇੱਕ ਬਿਰਧ ਮਾਤਾ ਆ, ਵਿਆਹ ਵੀ ਸਾਰਾ ਜੇਲ੍ਹ ਦੇ ਵਿੱਚ ਵਿਆਹ ਵੀ ਨਾ ਹੋਇਆ, ਉਹਦੀ ਮੁੜ ਇਹ ਕੈਂਸਲ ਕਰਕੇ ਪਰੋਲ ਉਹ ਮੁੜ ਜੇਲ੍ਹ ਵਿੱਚ ਧੱਕ ਦਿੱਤੇ ਆ। ਇਹ ਸਾਡੇ ਵੱਡੇ ਗਿਲੇ ਵੀ ਆ, ਔਰ ਜਿੱਥੇ ਸੈਂਟਰ ਸਰਕਾਰ ਤੇ ਗਿਲੇ ਆ, ਉੱਥੇ ਪੰਜਾਬ ਦੀ ਸਰਕਾਰ ਤੇ ਵੀ ਗਿਲੇ ਆ।
ਕਿ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਜਿਹੜੀ 103 ਸਾਲਾਂ 'ਚ ਕਦੇ ਕਿਸੇ ਨੇ ਗੁਸਤਾਖੀ ਨਹੀਂ ਕੀਤੀ, ਉਹਦੇ ਵਿੱਚ ਦਖਲਅੰਦਾਜ਼ੀ ਕੀਤੀ। ਉਹ ਇੱਦਾਂ ਹੀ ਆ ਪਿੱਛੇ ਹਰਿਆਣੇ ਦੇ ਵਿੱਚ ਜਿਹੜੀ ਲਗਾਤਾਰ 3-4 ਦਿਨ ਦਾ ਮੈਂ ਸੁਣ ਰਿਹਾ ਕਿ ਕਿਵੇਂ ਉੱਥੇ ਇੱਕ ਦੂਜੇ ਦੇ ਖਿਲਾਫ ਭਰ ਕੇ ਗੰਦ ਦੇ ਟੋਕਰੇ ਸਿੱਟੇ ਜਾ ਰਹੇ। ਸਰਕਾਰ ਨੇ ਉਹ ਖਾਤੇ ਸੀਲ ਕਰਤੇ ਆ, ਇੰਪਲੋਈ ਵਿਚਾਰਿਆਂ ਦੇ ਪੱਲੇ ਤਨਖਾਹਾਂ ਨੇ। ਤੇ ਜਦ ਅਸੀਂ ਪਹਿਲਾਂ ਵੀ ਕਿਹਾ ਸੀਗਾ ਭਾਈ ਤੁਸੀਂ ਅਕਾਲ ਤਖ਼ਤ ਦੀ ਤਾਬਿਆ ਆ ਕੇ ਕਮੇਟੀ ਬਣਾਓ ਜੇ ਬਣਾਉਣੀ ਵੀ, ਪਰ ਸ਼੍ਰੋਮਣੀ ਕਮੇਟੀ ਇਹਨੂੰ ਮਾਨਤਾ ਨਹੀਂ ਦਿੰਦੀ। ਪਰ ਅੱਜ ਜੋ ਅਸੀਂ ਕਹਿੰਦੇ ਸੀ ਉਹ ਸਾਰਾ ਸਾਹਮਣੇ ਸਪਸ਼ਟ ਹੋ ਕੇ ਆ ਗਿਆ। ਤੋ ਮੈਂ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਦੇ ਵੀ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰੋਗੇ ਉਹਦਾ ਫਿਰ ਨੁਕਸਾਨ ਹੋਊਗਾ, ਕਿਉਂਕਿ ਸਿੱਖ ਪੰਥ ਕਦੇ ਵੀ ਕਿਸੇ ਦੇ ਧਰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦਾ, ਸਤਿਕਾਰ ਕਰਦਾ। ਇਵੇਂ ਦਿੱਲੀ ਦੀ ਕਮੇਟੀ 'ਚ ਕਿਵੇਂ ਹੋਇਆ, ਮੈਂ ਵੱਡੇ ਡੰਘਾਈ 'ਚ ਨਾ ਜਾਵਾਂ, ਇੱਦਾਂ ਹੀ ਹਜ਼ੂਰ ਸਾਹਿਬ ਦੇ ਵਿੱਚ ਕੀ ਹੋਇਆ। ਤੋ ਇਵੇਂ ਹੀ ਹੁਣ ਪੰਜਾਬ ਦੇ ਵਿੱਚ ਵੀ ਯਤਨ ਕੀਤਾ ਜਾ ਰਿਹਾ, ਆਉਂਦੀ ਚੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਉਹਦੇ ਲਈ ਗੋਂਦਾਂ ਗੂੰਦੀਆਂ ਜਾ ਰਹੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਵੇਂ ਸਿਧਾਂਤਕ ਤੌਰ ਤੇ ਸਿੱਟਣਾ ਉਹਦੇ ਲਈ ਵੀ ਗੋਂਦਾਂ ਗਣੀਆਂ ਜਾ ਰਹੀਆਂ। ਸੋ ਸਿੱਖ ਕੌਮ ਨੂੰ ਸਮੁੱਚੇ ਤੌਰ ਤੇ ਬੇਨਤੀ ਕਰਨਾ, ਏਕਤਾ ਇਕੱਤਰ ਹੋਈਏ। ਲਓ ਅੱਜ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਕਿਸੇ ਮੰਗ ਦੀ ਲੋੜ ਨੇ ਪੈਣੀ, ਮੰਗ ਆਪਣੇ ਆਪ ਹੀ ਤੁਹਾਡੇ ਕੋਲ ਪੂਰੀ ਹੋ ਜਾਊਗੀ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਾਂ ਜਿਹੜਾ ਆ ਇਕੱਤਰ ਹੋਣ ਦਾ ਆ, ਤੇ ਜਦੋਂ ਵੀ ਖਾਲਸਾ ਪੰਥ ਇਕੱਠਾ ਹੋਇਆ ਉਦੋਂ ਪ੍ਰਾਪਤੀਆਂ ਹੋਈਆਂ, ਖਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ। ਤੋ ਮੈਂ ਜਿੱਥੇ ਅੱਜ ਵਧਾਈ ਵੀ ਦਿੰਦਾ, ਉੱਥੇ ਇਹ ਸਰਕਾਰ ਨੂੰ ਵੀ ਚਾਹੁੰਦਾ ਵੀ ਜਿਹੜੇ ਧਾਰਮਿਕ ਕਾਰਜ ਆ, ਪਿੱਛੇ ਅਨੰਦਪੁਰ ਸਾਹਿਬ ਦਾ ਆਪਾਂ ਹੋਲਾ ਮਹੱਲਾ ਮਨਾ ਕੇ ਹਟੇ, ਉਹ ਕਿਵੇਂ ਮਹਾਂਪੁਰਸ਼ਾਂ ਨੇ ਆਨੰਦਗੜ੍ਹ ਕਿਲ੍ਹੇ ਵਾਲਿਆਂ ਨੇ ਉਹ ਛੜਕ ਚੌੜੀ ਕੀਤੀ, ਇੱਕ ਬਜਰੀ ਦੀ ਉੱਥੇ ਟੋਕਰੀ ਨਹੀਂ ਸਿੱਟ ਸਕੇ, ਜਿਹੜੀ ਖਾਲਸੇ ਦੀ ਜਨਮ ਭੂਮੀ ਹੈ। ਆ ਹੁਣ ਵੀ ਮੈਂ ਇੱਥੇ ਦੇਖਦਾ ਇੱਕ ਆ ਜ਼ਰੂਰ ਮੇਨ ਰੋਡ ਦੇ ਉੱਤੇ ਜਿਹੜੀ ਆ ਉਹ ਜ਼ਰੂਰ ਇਹਦੀ ਉਹ ਪ੍ਰੀਮਿਕਸ ਜਿਹੜੀ ਪਾਈ ਆ, ਪਰ ਬਾਕੀ ਸੜਕਾਂ ਦਾ ਜੋ ਹਾਲ ਆ, ਮੈਂ ਸਮਝਦਾ ਸਰਕਾਰ ਹਰ ਇੱਕ ਪੱਖ ਤੋਂ ਜਿਹੜੀ ਆ ਫੇਲ ਹੋਈ, ਖਾਸ ਕਰਕੇ ਧਾਰਮਿਕ ਜਦੋਂ ਸਾਡੇ ਆਉਂਦੇ ਇਤਿਹਾਸਕ ਜੋੜ ਮੇਲੇ, ਤਾਂ ਹਰ ਇੱਕ ਦਾ ਜੋੜ ਹੁੰਦਾ ਸਰਕਾਰ ਦਾ ਭਾਈ ਸੰਗਤਾਂ ਨੇ ਆਉਣਾ ਆ ਤੇ ਕੋਈ ਨਾ ਕੋਈ ਸੇਧ ਕਰ ਦਈਏ। ਆ ਪਿੱਛੇ ਸੀਵਰੇਜ ਦਾ ਸਾਡਾ ਸੀਗਾ, ਉਹ ਵੀ ਆਪ ਹੀ ਸਾਨੂੰ ਆਪਣੇ ਕੋਲ ਕਰਨਾ ਪਿਆ। ਤੋ ਮੈਂ ਸਮਝਦਾ ਭਾਈ ਅੱਜ ਦੇ ਦਿਹਾੜੇ ਦੇ ਉੱਤੇ ਸਮੁੱਚੀ ਕੌਮ ਇੱਕ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਇਕੱਠੇ ਹੋਣ, ਫਿਰ ਜਿਹੜੇ ਕੋਈ ਮੁੱਦੇ ਨੇ ਰਹਿਣੇ ਫਿਰ ਆ ਬੋਲਣੀਆਂ ਵੀ ਲੋੜਾਂ ਨਹੀਂ ਪੈਣੀਆਂ, ਆਪਣੇ ਆਪ ਹੀ ਸਾਰੇ ਹੱਲ ਹੋ ਜਾਣਗੇ। ਤੋ ਸਾਰੀ ਕੌਮ ਨੂੰ ਬਹੁਤ ਬਹੁਤ ਵਧਾਈ।